नहीं चल मैं शाही मैं मूव शाही भाजी ओके सही नहीं पता सीधा ਲੋਕਾਂ ਦਾ ਹੌਸਲਾ ਵਧਾਉਂਦੇ ਆ ਨਾ ਹਾਂ ਯੇ ਪਰਮੇਸ਼ਰ ਬਾਰੇ ਉਹਨਾਂ ਨੂੰ ਦੱਸ ਦੇਗੇ ਕਿ ਤੁਸੀਂ ਕਿੱਥੋਂ ਆਏ ਆ ਅਸੀਂ ਤਾਂ ਯਹੋਵਾ ਦੇ ਗਾਵਾਂ ਆ ਜੀ ਯਹੋਵਾ ਤੋਂ ਆਏ ਹਾਂਜੀ ਯਹੋਵਾ ਦੇ ਗਾਵਾਂ ਹਾਂ ਅਸੀਂ ਇੱਥੇ ਦੇ ਆ ਬਰਮਿੰਗਮ ਦੇ ਆ ਨਾ ਬਰਮਿੰਗਮ ਦੇ ਹਾਂਜੀ ਤੇਰਾ ਨਾਮ ਕੀ ਆ ਮੇਰਾ ਨਾਮ ਹੈਗਾ ਪਾਲ ਪਾਲ ਹਾਂਜੀ ਤੁਸੀਂ ਪਿਛੇ ਕੰਟਰੀ ਕਿਹੜੀ ਤੇ ਕੰਟਰੀ ਤੋਂ ਆਏ ਆ ਅਸੀਂ ਤਾਂ ਬਸ ਇੱਥੇ ਦੇ ਆ ਜੀ ਨਹੀਂ ਨਹੀਂ ਉਹਦਾ ਕਿੱਥੇ ਬੈਕਗ੍ਰਾਉਂਡ ਤੁਹਾਡੀ ਕਿਹੜੀ ਆ ਸਾਡੀ ਕੈਰੀਬੀਅਨ ਆ ਜੀ ਕੈਰੀਬੀਅਨ ਆ ਹਾਂਜੀ ਹਾਂਜੀ ਤੁਸੀਂ ਪੰਜਾਬੀ ਕਿੱਥੋਂ ਸਿੱਖੀ ਆ ਰੱਬ ਦਾ ਕੰਮ ਕਰਦੇ ਕਰਦੇ ਨਹੀਂ ਪੰਜਾਬੀ ਕਿੱਥੋਂ ਸਿੱਖੀ ਆ ਬਸ ਰੱਬ ਦਾ ਕੰਮ ਕਰਦੇ ਇੱਥੇ ਸਿਲਾਕ ਵਿੱਚ ਲੋਕਾਂ ਦਾ ਕੰਮ ਕਰਦੇ ਕਰਦੇ ਹਾਂ ਹਾਂਜੀ ਉਹੀ ਆ ਨਹੀਂ ਪਰ ਉਹ ਪੰਜਾਬੀ ਸਕੂਲ ਵਿੱਚ ਸਿੱਖੀ ਜਾਂ ਨਹੀਂ 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 ਜੀ ਜਾਂ ਰੱਬ ਦਾ ਕੰਮ ਕਰਦੇ ਕਰਦੇ ਰੱਬ ਦਾ ਕਰਦੇ ਕਰਦੇ ਤੁਸੀਂ ਪੰਜਾਬੀ ਸਿੱਖ ਲਈ ਕਰਦੇ ਹਾਂਜੀ ਅੱਛਾ ਮਤਲਬ ਇਹ ਹੋਰ ਤੁਸੀਂ ਪੰਜਾਬੀ ਵਿੱਚ ਪ੍ਰਚਾਰ ਕਰਦੇ ਆ ਹਾਂਜੀ ਹਾਂਜੀ ਜੀਸ ਕ੍ਰਾਈਸਟ ਦਾ ਹਾਂਜੀ ਹਾਂਜੀ ਅੱਛਾ ਤੇ ਹੋਰ ਤੁਸੀਂ ਕਿੱਥੇ ਕਿੱਥੇ ਜਾਂਦੇ ਆ ਸਾਰੇ ਪਾਸੇ ਜਾਂਦੇ ਭਾਜੀ ਸਾਰੇ ਪਾਸੇ ਜਾਂਦੇ ਆ ਇਹ ਬਸ ਅਸੀਂ ਸ਼ਾਇਆ ਕੋਈ ਨਹੀਂ ਕੋਈ ਸ਼ਾਇ ਨਹੀਂ ਗੱਲ ਤਾਂ ਸਾਨੂੰ ਸ਼ਾਇਆ ਤੇ ਸ਼ਾਇਆ ਹਾਂਜੀ ਪਰ ਪਹਿਲੀ ਗੱਲ ਸਾਨੂੰ ਬੜੀ ਖੁਸ਼ੀ ਹੁੰਦੀ ਆ ਹਾਂਜੀ ਹਾਂਜੀ ਕਿ ਜਦੋਂ ਦੂਸਰੇ ਮੁਲਕ ਦੇ ਲੋਕ ਸਾਡੀ ਪੰਜਾਬੀ ਬੋਲਦੇ ਆ ਸਾਨੂੰ ਬੜਾ ਮਾਣ ਹੁੰਦਾ ਹਾਂਜੀ ਕਿ ਪੰਜਾਬੀ ਬੜੀ ਲੈਂਗੁਏਜ ਹੈ ਜਿਹਦੇ ਵਿੱਚ ਬਹੁਤ ਸਾਰੇ ਲੋਕ ਬੋਲਦੇ ਆ ਸਿੱਖਣੀ ਚਾਹੀਦੀ ਹੈ ਸਿੱਖਣੀ ਚਾਹੀਦੀ ਹੈ ਹਰੇਕ ਨੂੰ ਅਸੀਂ ਇੰਗਲਿਸ਼ ਬੋਲ ਸਿੱਖਦੇ ਆ ਹਾਂਜੀ ਤੇ ਤੁਸੀਂ ਪੰਜਾਬੀ ਸਿੱਖਦੇ ਸਾਨੂੰ ਬੜੀ ਖੁਸ਼ੀ ਆ ਸਾਡੇ ਬੱਚੇ ਇੰਗਲਿਸ਼ ਬੋਲਦੇ ਆ ਤੇ ਤੁਸੀਂ ਪੰਜਾਬੀ ਬੋਲਦੇ ਬੜੀ ਖੁਸ਼ੀ ਦੀ ਗੱਲ ਆ ਅਸੀਂ ਵੀ ਬਹੁਤ ਖੁਸ਼ ਹਾਂ ਅਸੀਂ ਸਾਰੇ ਬਰਾਬਰ ਹੀ ਫੈਮਿਲੀ ਆ ਸੋ ਅਸੀਂ ਟ੍ਰਾਈ ਕਰਦੇ ਕਿ ਦੂਜਾ ਬਾਰੇ ਵੀ ਸਿੱਖੀਏ ਹਾਂ ਹਾਂ ਹਾਂਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਥੈਂਕ ਯੂ ਭਾਜੀ ਪਾਲ ਤੇਰਾ ਨਾਮ ਹਾਂਜੀ ਅੱਛਾ ਤੁਸੀਂ ਜੀਸਸ ਕ੍ਰਾਈਸਟ ਦਾ ਪ੍ਰਚਾਰ ਕਰ ਰਹੇ ਹਾਂਜੀ 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 ਤੇ ਫਿਰ ਦੱਸੋ ਫਿਰ ਦੁਨੀਆ ਵਿੱਚੋਂ ਦੁੱਖ ਕਿਸ ਤਰ੍ਹਾਂ ਦੂਰ ਹੋ ਸਕਦੇ ਹਾਂਜੀ ਮੈਂ ਦੱਸ ਦੂੰਗਾ ਪਤਾ ਕੀ ਮੈਂ ਕਿਸੇ ਨੂੰ ਮਿਲ ਕੇ ਆ ਜਾਊਂਗਾ ਛੇਤੀ ਨਾ ਫਿਰ ਆ ਜਾਊਂਗਾ ਬਾਅਦ ਵਿੱਚ ਨਹੀਂ ਨਹੀਂ ਮੈਨੂੰ ਹੁਣ ਦੱਸ ਯਾਰ ਫਿਰ ਮੈਂ ਬਾਹਰ ਨੂੰ ਜਾਣਾ ਬਾਹਰ ਨੂੰ ਜਾਣਾ ਅੱਛਾ ਜੀ ਫਿਰ ਵੀ ਜੋ ਬਾਹਰ ਕਰਦੇ ਥੋੜੀ ਚਿਰ ਵਾਸਤੇ ਤਾਂ ਫਿਰ ਅਸੀਂ ਗੱਲ ਕਰਦੇ ਨਹੀਂ ਤੂੰ ਮੈਨੂੰ ਦੱਸ ਨਾ ਫਿਰ ਲੋਕਾਂ ਨੂੰ ਪਤਾ ਲੱਗੇ ਨਹੀਂ ਉੱਥੇ ਕੋਈ ਗੱਲ ਨਹੀਂ ਭਾਜੀ ਬਾਹਰ ਕਰ ਲਓ ਥੋੜੀ ਚਿਰ ਵਾਸਤੇ ਮੈਂ ਤੁਹਾਨੂੰ ਸਮਝਾ ਦਿੰਦਾ ਕੋਈ ਗੱਲ ਨਹੀਂ